good evening students myself jatin bansal today we will discuss set 33 of punjab previous year papers ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਸੀਰੀਜ਼ ਦੇ ਵਿੱਚ ਆਪਾਂ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਜੋ ਜੀਕੇ ਦੇ ਕੁਐਸਚਨ ਆਏ ਹੋਏ ਨੇ ਇਸ ਸੀਰੀਜ਼ ਦੇ ਵਿੱਚ ਐਡ ਹੋਏ ਪਏ ਨੇ ਸਾਰੇ ਕੁਐਸਚਨ ਤਾਂ ਬਹੁਤ ਅੱਛੀ ਸੀਰੀਜ਼ ਹੈ ਪਲੀਜ਼ ਜਿਆਦਾ ਤੋਂ ਜਿਆਦਾ ਇਸ ਸੀਰੀਜ਼ ਨੂੰ ਅੱਗੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰਦਿਆ ਕਰੋ ਜਿਨ੍ਹਾਂ ਨੂੰ ਪੰਜਾਬ ਦੇ ਪ੍ਰੀਵੀਅਸ ইয়ার ਐਗਜ਼ਾਮਸ ਚਾਹੀਦੇ ਨੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੇ ਅੱਗੇ ਫਰੈਂਡਸ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਿਆਦਾ ਤੋਂ ਜਿਆਦਾ ਕਰਦਿਆ ਕਰੋ ਵਿਤਾਂ ਜੋ ਪੰਜਾਬ ਦੇ ਹਰ ਇੱਕ ਬੱਚੇ ਲਵੇ ਹਰ ਇੱਕ ਸਟੂਡੈਂਟ ਲਵੇ ਇਹ ਵਾਲਿਆ ਵੀਡੀਓਜ਼ ਪੌਂ ਸਕਣ ओके ਤੇ ਪੀਡੀਐਫ ਦੇ ਲਈ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਟੈਲੀਗ੍ਰਾਮ ਚੈਨਲ ਹੈਗਾ ਪ੍ਰੀਖਿਆ ਈਜ਼ੀ ਦੇ ਨਾਮ ਤੇ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਜੇ ਕੁਝ ਦੀ ਮੈਂ ਕੋਈ ਵੀ ਪੀਡੀਐਫ ਪਾਉਣਾ ਹੁੰਦਾ ਉਸ ਟੈਲੀਗ੍ਰਾਮ ਚੈਨਲ ਦੇ ਵਿੱਚ ਮੈਂ ਐਡ ਕਰ ਦਿੰਦਾ ਹੁੰਦਾ ਹਾਂਜੀ ਤਾਂ ਚਲੋ ਅੱਜ ਦਾ ਸੈੱਟ ਆਪਣਾ ਸੈੱਟ 33 ਆਪਾਂ ਸਟਾਰਟ ਕਰਦੇ ਹਾਂ ਹਾਂਜੀ ਤਾਂ ਸੈੱਟ 33 ਹੈ ਪੰਜਾਬ ਸ਼ੇਅਰਸ ਇਟਸ ਬਾਰਡਰ ਵਿਦ ਵਿਚ ਆਫ ਦੀ ਫਾਲੋਇੰਗ ਕੰਟਰੀ ਤਾਂ ਇਸ ਵਾਰੀ ਨਾ ਥੋੜੇ ਜਿਹਾ ਮੈਂ ਚੇਂਜ ਕੀਤਾ ਸੀਗਾ ਕਿਉਂਕਿ ਨਾ ਕਈ ਸਟੂਡੈਂਟਸ ਨੂੰ ਇਹ ਲੱਗਦਾ ਸੀਗਾ ਵੀ ਕੁਐਸਚਨ ਐਗਜ਼ਾਮਸ ਦੇ ਵਿੱਚ ਪ੍ਰੀਵੀਅਸ ਇਅਰ ਨਹੀਂ ਆਏ ਹੋਏ ਹੈਗੇ ਤਾਂ ਨਾ ਮੈਂ ਦੇਖੋ ਸਪੈਸ਼ਲ ਹੁਣ ਲਿਖ ਰਿਹਾ ਹਾਂ ਵੀ ਪੀਟਰ ਪਲਸ ਬੀ ਯੂਨੀਅਨ ਡਰਾਫਟਮੈਨ 2013 ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਹੈ ਇਸ ਦੇ ਨਾਲ ਥੋੜਾ ਜਿਹਾ ਮਤਲਬ ਸਟੂਡੈਂਟਸ ਨੂੰ ਇਹ ਹੋ ਜਾਂਦਾ ਹੁੰਦਾ ਹੈ ਵੀ ਇਹ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਆਏ ਹੋਏ ਕੁਐਸਚਨ ਨੇ ਤੇ ਮੋਸਟ ਇੰਪੋਰਟੈਂਟ ਕੁਐਸਚਨ ਨੇ ਠੀਕ ਹੈ ਨਾ ਤਾਂ ਅੱਗੇ ਤੋਂ ਜਿਹੜੇ ਵੀ ਸੈੱਟ ਬਣਨਗੇ ਸਾਰੇ ਮਤਲਬ ਇਸ ਤਰੀਕੇ ਨਾਲ ਮੈਂ ਐਡ ਜ਼ਰੂਰ ਲਿਖਿਆ ਕਰੂੰਗਾ ਵੀ ਕਿਹੜੇ ਐਗਜ਼ਾਮ ਦੇ ਵਿੱਚ ਇਹ ਆਇਆ ਹੋਇਆ ਕੁਐਸਚਨ ਹੈਗਾ ਹਾਂਜੀ ਓਕੇ ਤਾਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਪੰਜਾਬ ਸ਼ੇਅਰਸ ਇਸ ਬਾਰਡਰ ਵਿਦ ਵਿਚ ਆਫ ਦੀ ਫੋਲੋਇੰਗ ਕੰਟਰੀ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਆਪਣਾ ਪੰਜਾਬ ਹੈ ਜਿਹੜਾ ਸਿਰਫ ਇੱਕ ਇੰਟਰਨੈਸ਼ਨਲ ਕੰਟਰੀ ਦੇ ਨਾਲ ਹੀ ਆਪਣਾ ਬਾਰਡਰ ਸ਼ੇਅਰ ਕਰਦਾ ਹੈ ਤਾਂ ਦੈਟ ਇਜ਼ ਦਾ ਪਾਕਿਸਤਾਨ ਤਾਂ ਪਾਕਿਸਤਾਨ ਦੇ ਨਾਲ ਬਾਰਡਰ ਸ਼ੇਅਰ ਕਰਦਾ ਆਪਣਾ ਪੰਜਾਬ ਤਾਂ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 6 ਡਿਸਟ੍ਰਿਕਟ ਨੇ ਪੰਜਾਬ ਦੇ 6 ਡਿਸਟ੍ਰਿਕਟ ਨੇ ਜਿਹੜੇ ਪਾਕਿਸਤਾਨ ਦੇ ਨਾਲ ਬਾਰਡਰ ਸ਼ੇਅਰ ਕਰ ਰਹੇ ਨੇ ਤੇ ਨੀਅਰ अबाउट ਜਿਹੜਾ ਬਾਰਡਰ ਹੈਗਾ 553 ਕਿਲੋਮੀਟਰ ਦਾ ਬਾਰਡਰ ਹੈਗਾ ਓਕੇ 553 ਕਿਲੋਮੀਟਰ ਦਾ ਬਾਰਡਰ ਹੈ ਜੋ ਆਪਣੇ ਪੰਜਾਬ ਦਾ ਪਾਕਿਸਤਾਨ ਦੇ ਨਾਲ ਸ਼ੇਅਰ ਹੋ ਰਿਹਾ ਹੈ ਤੇ 6 ਡਿਸਟ੍ਰਿਕਟ ਸ਼ੇਅਰ ਹੋ ਰਹੇ ਨੇ ਪਾਕਿਸਤਾਨ ਦੇ ਨਾਲ ਹਾਂਜੀ ਨੈਕਸਟ ਕੁਐਸਚਨ ਹੈਗਾ ਹਾਂਜੀ ਬਠਿੰਡਾ ਇਜ਼ ਇਨ ਵਿਚ ਪਾਰਟ ਆਫ ਪੰਜਾਬ ਤਾ ਜਿਹੜਾ ਆਪਣਾ ਬਠਿੰਡਾ ਹੈਗਾ ਜੇ ਪੰਜਾਬ ਦਾ ਤੁਸੀਂ ਡਾਇਗਰਾਮ ਬਣਾਓਗੇ ਤੁਸੀਂ ਪੰਜਾਬ ਦੇ ਡਾਇਗਰਾਮ ਨੂੰ ਦੇਖੋਗੇ ਤਾਂ ਬਠਿੰਡਾ ਦੀ ਲੋਕੇਸ਼ਨ ਕਿੱਥੇ ਹੈਗੀ ਆ ਤਾਂ ਬੇਸਿਕਲੀ ਜਿਹੜਾ ਬਠਿੰਡਾ ਹੈਗਾ ਆਪਣਾ ਉਹ ਪੰਜਾਬ ਦੇ ਸਾਊਥ ਵਾਲੇ ਹਿੱਸੇ ਦੇ ਵਿੱਚ ਹੈਗਾ ਤਾਂ ਸਾਊਥ ਵਾਲੇ ਹਿੱਸੇ ਦੇ ਵਿੱਚ ਹੈਗਾ ਤਾਂ ਸਦਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਤਾਂ ਇਹ ਆਪਸ਼ਨ ਬਿਲਕੁਲ கரੈਕਟ ਆਨਸਰ ਹੈਗਾ ਹਾਂਜੀ ਓਕੇ ਸਟੂਡੈਂਟ ਹਾਂਜੀ ਨੈਕਸਟ ਕੁਐਸਚਨ ਹੈਗਾ ਵਟ ਡਸ ਆਬ ਮੀਨਸ ਤਾ ਆਪ ਦਾ ਮਤਲਬ ਕੀ ਹੁੰਦਾ ਹੈ ਤਾਂ ਜਿਵੇਂ ਕਿ ਆਪਾਂ ਨੇ ਦੇਖਿਆ ਵੀ ਪੰਜਾਬ ਜਿਹੜਾ ਸ਼ਬਦ ਹੈਗਾ ਇਹ ਇੱਕ ਪਾਰਸੀਅਨ ਲੈਂਗੁਏਜ ਨੂੰ ਆਪਾਂ ਫਾਰਸੀ ਲੈਂਗੁਏਜ ਕਹਿੰਦੇ ਆ ਉਹ ਤੋਂ ਬਣਿਆ ਹੋਇਆ ਸ਼ਬਦ ਹੈ ਪੰਜ ਦਾ ਮਤਲਬ 5 ਹੁੰਦਾ ਤੇ ਆਪ ਦਾ ਮਤਲਬ ਵਾਟਰ ਜਾਂ 5 ਰੀਵਰਸ ਤਾਂ ਆਪ ਦਾ ਮਤਲਬ ਕੀ ਹੈਗਾ ਵਾਟਰ ਜਾਂ 5 ਰੀਵਰਸ ਮਤਲਬ ਡੀ অপਸ਼ਨ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਓਕੇ ਨੈਕਸਟ ਕੁਐਸਚਨ ਹੈਗਾ ਆਪਣਾ ਇਨ ਵਿੱਚ ਸਿਟੀ ਆਫ ਪੰਜਾਬ ਇਜ਼ ਦੀ ਮੇਨ ਕੈਂਪਸ ਆਫ ਪੰਜਾਬੀ ਯੂਨੀਵਰਸਿਟੀ ਸਿਚੁਏਟਿਡ ਤਾਂ ਬਹੁਤ ਹੀ ਫੇਮਸ ਜਿਹੜੀ ਪੰਜਾਬੀ ਯੂਨੀਵਰਸਿਟੀ ਆਪਣੇ ਪੰਜਾਬ ਦੇ ਵਿੱਚ ਇਹ ਆਪਣੀ 1962 ਦੇ ਵਿੱਚ ਐਸਟੈਬਲਿਸ਼ ਹੋਈ ਸੀਗੀ ਪੰਜਾਬੀ ਯੂਨੀਵਰਸਿਟੀ ਤਾਂ ਠੀਕ ਹੈ ਨਾ ਤਾਂ ਕਿਹੜੇ ਮਤਲਬ ਮਤਲਬ ਇਹ ਆਪਣੇ ਕਿਹੜੇ ਸ਼ਹਿਰ ਵਿੱਚ ਐਸਟੈਬਲਿਸ਼ ਹੋਈ ਸੀਗੀ ਪਟਿਆਲਾ ਦੇ ਵਿੱਚ ਤਾਂ ਜਿਹੜਾ ਮੇਨ ਕੈਂਪਸ ਹੈਗਾ ਪੰਜਾਬੀ ਯੂਨੀਵਰਸਿਟੀ ਦਾ ਉਹ ਆਪਣੇ ਪਟਿਆਲੇ ਦੇ ਵਿੱਚ ਹੈਗਾ ਨੈਕਸਟ ਕੁਐਸਚਨ ਹੈਗਾ ਹਾਂਜੀ ਵਿਚ ਪਾਵਰ ਪ੍ਰੋਜੈਕਟ ਇਜ਼ ਬਿਲਟ ਔਨ ਰਿਵਰ ਸਤਲੁਜ ਤਾਂ ਬਹੁਤ ਹੀ ਫੇਮਸ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦਾ ਸਭ ਤੋਂ ਲੌਂਗੇਸਟ ਦਰਿਆ ਸਭ ਤੋਂ ਲੌਂਗੇਸਟ ਰਿਵਰ ਜਿਹੜੀ ਹੈਗੀ ਹੈ ਉਹ ਸਤਲੁਜ ਰਿਵਰ ਹੈ ਤਾਂ ਸਤਲੁਜ ਰਿਵਰ ਦੇ ਉੱਤੇ ਕੋਈ ਬਹੁਤ ਫੇਮਸ ਜਿਹੜਾ ਡੈਮ ਬਣਾਇਆ ਪਾਣਿਓ ਕਿਹੜਾ ਡੈਮ ਸੀਗਾ ਭਾਖੜਾ ਨੰਗਲ ਡੈਮ ਹੈ ਬਹੁਤ ਹੀ ਫੇਮਸ ਆਪਣਾ ਸੈਕੰਡ ਹਾਈਐਸਟ ਡੈਮ ਹੈਗਾ ਆਪਣੇ ਇੰਡੀਆ ਦੇ ਵਿੱਚ ਭਾਖੜਾ ਨੰਗਲ ਡੈਮ ਸੈਕੰਡ ਹਾਈਐਸਟ ਡੈਮ ਹੈ ਜਿਹਦੀ ਹਾਈਟ ਨੀਅਰ ਅਬਾਊਟ 227 ਮੀਟਰ ਹਾਈਟ ਹੈਗੀ ਐ ਪਾਖੜਾ ਨੰਗਲ ਡੈਮ ਦੀ ਓਕੇ ਤਾਂ ਇਹ ਆਪਣੇ ਦਾ ਸੈਕਿੰਡ ਬਿਗੇਸਟ ਸੈਕਿੰਡ ਹਾਈਐਸਟ ਡੈਮ ਹੈਗਾ ਸਭ ਤੋਂ ਹਾਈਐਸਟ ਡੈਮ ਆਪਣਾ ਟਿਹਰੀ ਡੈਮ ਜਿਹੜਾ ਆਪਣਾ ਬੀ ਆਪਸ਼ਨ ਲਿਖਿਆ ਪਿਆ ਟਿਹਰੀ ਡੈਮ ਇਹ ਉੱਤਰਾਖੰਡ ਸਟੇਟ ਦੇ ਵਿੱਚ ਆਉਂਦਾ ਹੈ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈਗਾ ਹਾਂਜੀ ਵਾਟ ਇਜ਼ ਦਿਸ ਸਟੇਟ ਟਰੀ ਆਫ ਪੰਜਾਬ ਤਾਂ ਆਪਣੇ ਪੰਜਾਬ ਦਾ ਜਿਹੜਾ ਸਟੇਟ ਟਰੀ ਹੈਗਾ ਉਸ ਦਾ ਨਾਮ ਕੀ ਹੈ ਤਾਂ ਆਪਸ਼ਨਸ ਤੁਹਾਨੂੰ ਗਿਵਨ ਹੈਗੀਆਂ ਨੇ ਤਾਂ ਆਪਣੇ ਪੰਜਾਬ ਦਾ ਜਿਹੜਾ ਸਟੇਟ ਟਰੀ ਹੈਗਾ ਉਸ ਦਾ ਨਾਮ ਹੈਗਾ ਸ਼ੀਸ਼ਮ ਤਾਂ ਏ অপਸ਼ਨ ਸ਼ੀਸ਼ਮ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਓਕੇ ਤਾਂ ਸ਼ੀਸ਼ਮ ਨੂੰ ਅਦਰ ਲੈਂਗੁਏਜ ਦਾ ਆਪਾਂ ਟਾਲੀ ਕਹਿੰਦੇ ਆ ਓਕੇ ਬਟ ਮੇਨ ਆਪਸ਼ਨ ਦਾ ਦੇਖੋ ਸ਼ੀਸ਼ਮ ਤੇ ਹੀ ਟਿੱਕ ਲੱਗਣਾ ਹੈ ਠੀਕ ਹੈ ਨਾ ਜੇ ਸ਼ੀਸ਼ਮ ਨਾ ਹੋਏ অপਸ਼ਨ ਦੇ ਵਿੱਚ ਫਿਰ ਤੁਸੀਂ ਟਾਲੀ ਤੇ ਟਿੱਕ ਲਾਉਂਗੇ ਠੀਕ ਹੈ ਸਟੂਡੈਂਟ ਕਿਉਂਕਿ ਸ਼ੀਸ਼ਮ ਨੂੰ ਹੀ ਅਦਰ ਨੇਮ ਵਿੱਚ ਆਪਾਂ ਕੀ ਕਹਿੰਦੇ ਆ ਟਾਲੀ ਕਹਿੰਦੇ ਆ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਹਾਂਜੀ the number of citizens in india as reported in the 2011 provisional census is ta 31 march 2011 nu ek provisional list banayi gayi si india de census di ta us de vich total kinne matlab total kinni population dekho ene exact number hi puch leya aam taur te dekho hamesha students ne inna pata hunda ve 121 crore population si ge मतलब आप तरीके बोलते हैं वन ट्वेंटी वन करोड़ ही पॉपुलेशन है बट एग्जैक्ट वैल्यू देखो किसी नहीं पता होंगे तो देखो एग्जामीनर की पुछ रहे एग्जैक्ट वैल्यू ठीक है ना तो इसका जरा बिल्कुल राइट आंसर है बी ऑप्शन है बी ऑप्शन एक सौ इक्की करोड़ एक लख तिरानवे हज़ार चार सौ बयासी था वन टू वन जीरो वन नाइन थ्री फोर डबल टू तो इसका बिल्कुल राइट आंसर है बी ऑप्शन है एक सौ इक्की करोड़ 193422 ਹਾਂਜੀ ਬਿਲਕੁਲ ਓਕੇ ਸਟੂਡੈਂਟ ਇਹ ਆਪਣਾ 31 ਮਾਰਚ 2011 ਦੇ ਅਕੋਰਡਿੰਗ ਸੀਗਾ ਤਾਂ ਇਹ ਬਿਲਕੁਲ ਸਹੀ ਆਪਸ਼ਨ ਹੈਗਾ ਬੀ ਆਪਸ਼ਨ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ði ਮਾਨੂਮੈਂਟ ਵਿਚ ਰਿਕਾਰਡਸ ਅਕਬਰ ਕਾਂਕਵੈਸਟ ਓਵਰ ਡੈਕਨ ਇਨ 1601 ਏ ਡੀਸ ਤਾਂ ਬਹੁਤ ਹੀ ਫੇਮਸ ਅਕਬਰ ਨੇ 1601 ਦੇ ਵਿੱਚ ਬਹੁਤ ਹੀ ਫੇਮਸ ਇੱਕ ਮਾਨੂਮੈਂਟ ਬਣਾਇਆ ਸੀਗਾ ਗੁਜਰਾਤ ਜਿੱਤ ਪ੍ਰਾਪਤੀ ਕਰਕੇ ਤੇ ਉਸ ਮਾਨੂਮੈਂਟ ਦੇ ਉੱਤੇ ਲਿਖਿਆ ਪਿਆ ਹੈਗਾ ਵੀ ਆ ਰਿਕਾਰਡ ਮਤਲਬ ਲਿਖਿਆ ਪਿਆ ਹੈਗਾ ਵੀ ਅਕਬਰ ਨੇ ਡੈਕਨ ਦੇ ਉੱਤੇ ਵੀ ਜਿੱਤ ਪ੍ਰਾਪਤੀ ਕੀਤੀ ਸੀਗੀ ਤਾਂ ਉਹ ਮਾਨੂਮੈਂਟ ਦੇ ਉੱਤੇ ਹੀ ਲਿਖਿਆ ਪਿਆ ਹੈਗਾ ਤਾਂ ਉਹ ਮਾਨੂਮੈਂਟ ਹੈ ਕਿਹੜਾ ਹੈ ਤਾਂ ਉਹ ਮਾਨੂਮੈਂਟ ਆਪਣਾ ਹੈਗਾ ਬੁਲੰਦ ਦਰਵਾਜਾ ਬਹੁਤ ਹੀ ਫੇਮਸ ਜਿਹੜਾ ਬੁਲੰਦ ਦਰਵਾਜਾ ਆਪਣਾ ਫਤਿਹਪੁਰ ਸਿਕਰੀ ਦੇ ਵਿੱਚ ਹੈਗਾ ਅਕਬਰ ਨੇ ਜਦੋਂ ਨੇ ਗੁਜਰਾਤ ਜਿੱਤਿਆ ਸੀਗਾ ਤਾਂ ਉਹ ਜਿੱਤਣ ਦੇ ਲਈ ਬੁਲੰਦ ਦਰਵਾਜਾ ਬਣਾਇਆ ਸੀਗਾ ਉਸ ਦਰਵਾਜੇ ਦੇ ਉੱਤੇ ਇਹ ਵੀ ਲਿਖਿਆ ਪਿਆ ਹੈਗਾ ਵੀ ਅਕਬਰ ਨੇ ਡੈਕਨ ਨੂੰ ਵੀ ਜਿੱਤਿਆ ਸੀਗਾ ਜੇਕਰ ਤੁਹਾਨੂੰ ਇਹ ਕੋਸ਼ਾਂ ਵੀ ਬੁਲੰਦ ਦਰਵਾਜਾ ਕਿਹੜੇ ਈਅਰ ਬਣਾਇਆ ਗਿਆ ਸੀਗਾ ਤਾਂ 1601 ਦੇ ਵਿੱਚ ਬਣਾਇਆ ਗਿਆ ਸੀਗਾ ਬੁਲੰਦ ਦਰਵਾਜਾ ਓਕੇ ਫਤਿਹਪੁਰ ਸਿਕਰੀ ਦੇ ਵਿੱਚ ਪ੍ਰੈਜ਼ੈਂਟ ਹੈਗਾ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਬਦਰੀਨਾਥ ਇਜ਼ ਆ ਹਿੰਦੂ ਹੋਲੀ ਟਾਊਨ ਐਂਡ ਆ ਨਗਰ ਪੰਚਾਇਤ ਇਨ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਹੀ ਫੇਮਸ ਆਪਣਾ ਬਦਰੀਨਾਥ ਇੱਕ ਤੀਰਥ ਸਥਾਨ ਹੈਗਾ ਹਿੰਦੂਆਂ ਦਾ ਤਾਂ ਕਹਿੰਦਾ ਇਹ ਕਿਹੜੇ ਟਾਊਨ ਦੇ ਵਿੱਚ ਆਂਦਾ ਬੇਸਿਕਲੀ ਦੇਖੋ ਉੱਤਰਾਖੰਡ ਦੇ ਵਿੱਚ ਆਂਦਾ ਇੱਕ ਗੱਲ ਤਾਂ ਕਲੀਅਰ ਰੱਖੋ ਬਦਰੀਨਾਥ ਕੈਦਾਰਨਾਥ ਗੰਗੋਤਰੀ ਯਮਨੋਤਰੀ ਇਹ ਆਪਣੇ ਸਾਰੇ ਉੱਤਰਾਖੰਡ ਦੇ ਵਿੱਚ ਆਂਦੇ ਨੇ ਸਮਝੇ ਕਿ ਨਹੀਂ ਸਮਝੇ ਤਾਂ ਜਿਹੜਾ ਬਦਰੀਨਾਥ ਹੈ ਆਪਣਾ ਉੱਤਰਾਖੰਡ ਚ ਆਂਦਾ ਹੈ ਤਾਂ ਦੇਖੋ ਆਪਣਾ ਸੀ ਆਪਸ਼ਨ ਤਾਂ ਖਤਮ ਹੀ ਹੋ ਗਿਆ ਉੱਤਰਾਪਰਦੇਸ਼ ਵਾਲਾ ਤੇ ਹਿਮਾਚਲ ਪ੍ਰਦੇਸ਼ ਵਾਲਾ ਇਹ ਦੋ ਆਪਸ਼ਨ ਰਹਿ ਗਏ ਇੱਕ ਨੈਨੀਤਾਲ ਡਿਸਟ੍ਰਿਕਟ ਤੇ ਇੱਕ ਚਮੋਲੀ ਡਿਸਟ੍ਰਿਕਟ ਜੇ ਹੋ ਸਕਦਾ ਕਈ ਕਈ ਲੋਕ ਗਏ ਵੀ ਹੋਣੇ ਬਦਰੀਨਾਥ ਤਾਂ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਚਮੋਲੀ ਡਿਸਟ੍ਰਿਕਟ ਦੇ ਵਿੱਚ ਹੈ ਚਮੋਲੀ ਡਿਸਟ੍ਰਿਕਟ ਦੇ ਵਿੱਚ ਹੈਗਾ ਬਦਰੀਨਾਥ ਉੱਤਰਾਖੰਡ ਦੇ ਵਿੱਚ ਤਾਂ ਇਹਦਾ ਬਿਲਕੁਲ ਸਹੀ ਆਪਸ਼ਨ ਹੈਗਾ ਬੀ ਆਪਸ਼ਨ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਤਾਂ ਚੰਦਰਾਤਾਲ ਇਸ ਆ ਨੈਚੁਰਲ ਲੇਕ ਸਿਚੁਏਟਿਡ ਇਨ ਤਾਂ ਬਹੁਤ ਹੀ ਫੇਮਸ ਇੱਕ ਚੰਦਰਾਤਾਲ ਇੱਕ ਲੇਕ ਹੈਗੀ ਆ ਨੈਚੁਰਲ ਲੇਕ ਹੈਗੀ ਆ ਤੇ ਇਸ ਲੇਕ ਕਿਹੜੀ ਇਹ ਜਿਹੜੀ ਲੇਕ ਹੈਗੀ ਆ ਕਿਸ ਸਟੇਟ ਦੇ ਵਿੱਚ ਪ੍ਰੈਜੈਂਟ ਹੈਗੀ ਆ ਤਾਂ ਬਹੁਤ ਹੀ ਫੇਮਸ ਜਿਹੜੀ ਚੰਦਰਾਤਾਲ ਲੇਕ ਹੈਗੀ ਆ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਤਾਂ ਇਹ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ ਤਾਂ ਪਲੀਜ਼ ਸਟੂਡੈਂਟ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗ ਰਹੀ ਹੈ ਉਸ ਦਾ ਉਹ ਵੀ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਤੇ ਪਲੀਜ਼ ਇੱਕ ਰਿਕੁਐਸਟ ਇਹ ਕਰਦਾ ਡੀਅਰ ਮੈਂ ਤੁਹਾਡੇ ਵਾਸਤੇ ਬਹੁਤ ਹਾਰਡ ਵਰਕ ਕਰ ਰਿਹਾ ਹਾਂ ਤੇ ਇੰਨੀ ਕ ਹੈਲਪ ਕਰਦਿਆ ਕਰੋ ਵੀ ਅੱਗੇ ਵੀਡੀਓਜ਼ ਨੂੰ ਆਪਣੇ ਜਿਹੜੇ ਗਰੁੱਪਸ ਹੁੰਦੇ ਨੇ ਤੁਹਾਡੇ WhatsApp ਦੇ ਉਸ ਦੇ ਵਿੱਚ ਸ਼ੇਅਰ ਜਿਆਦਾ ਤੋਂ ਜਿਆਦਾ ਕਰਦਿਆ ਕਰੋ ਸਟੂਡੈਂਟ ਇੰਨੀ ਕ ਤਾਂ ਹੈਲਪ ਮੈਂ ਹੋਪ ਕਰ ਹੀ ਸਕਦਾ ਤੁਹਾਡੇ ਤੋਂ ਵੀ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀਡੀਓ ਨੂੰ ਜ਼ਰੂਰ ਮਤਲਬ ਸ਼ੇਅਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਠੀਕ ਹੈ ਨਾ ਤਾਂ ਇਹ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਵੀ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕਿਹੜੀ ਹੈ ਇਸ ਦਾ ਸੀਐਮ ਕੌਣ ਹੈ ਤੇ ਇਸ ਦਾ ਗਵਰਨਰ ਕੌਣ ਹੈਗਾ ਆਪਣਾ ਹਿਮਾਚਲ ਪ੍ਰਦੇਸ਼ ਦਾ ਹਾਂਜੀ ਨੈਕਸਟ ਕੁਐਸਚਨ ਹੈਗਾ ਹਾਂਜੀ ਡੈਵਿਡ ਰੈਂਡਾਲਫ ਸਕਾਟ ਐਨ ਅਮਰੀਕਨ ਇੰਜੀਨੀਅਰ ਟੈਸਟ ਪਾਇਲਟ ਬੀਕਮ ਤੇ ਇੱਕ ਜਿਹੜਾ ਡੈਵਿਡ ਰੈਂਡਾਲਫ ਸਕਾਟ ਨਾਮ ਦਾ ਇੱਕ ਅਮਰੀਕਨ ਇੰਜੀਨੀਅਰ ਸੀਗਾ ਇਹ ਮੂਨ ਦੇ ਉੱਤੇ ਗਿਆ ਸੀਗਾ ਠੀਕ ਹੈ ਨਾ ਤੇ ਮੂਨ ਦੇ ਉੱਤੇ ਇਹਨੇ ਕਦਮ ਧਰਿਆ ਸੀਗਾ ਮੂਨ ਦੇ ਉੱਤੇ ਕਦਮ ਧਰਨ ਵਾਲਾ ਇਹ ਕਿੰਨਾ ਇਨਸਾਨ ਸੀਗਾ ਤਾਂ ਜਿਹੜਾ ਡੈਵਿਡ ਰੈਂਡੋਲਫ ਸੀਗਾ ਇਹ ਮੂਨ ਦੇ ਉੱਤੇ ਪੈਰ ਧਰਨ ਵਾਲਾ 7ਵਾਂ ਪਰਸਨ ਸੀਗਾ 7th ਪਰਸਨ ਸੀਗਾ ਟੂ ਵਾਕ ਔਨ ਦੀ ਮੂਨ ਹੁਣ ਤੱਕ 12 ਪਰਸਨ ਨੇ ਜਿਹੜੇ ਮੂਨ ਦੇ ਉੱਤੇ ਵੌਕ ਕਰ ਚੁੱਕੇ ਨੇ ਠੀਕ ਹੈ ਨਾ ਉਹਨਾਂ ਦੇ ਜੇ ਤੁਹਾਨੂੰ ਸਭ ਤੋਂ ਪਹਿਲਾਂ ਕਵੇ ਸਭ ਤੋਂ ਪਹਿਲਾਂ ਤਾਂ ਹੈਗਾ ਆਪਣਾ ਨੀਲ ਆਰਮਸਟ੍ਰॉन्ग ਸਭ ਤੋਂ ਫਰਸਟ ਪਰਸਨ ਹੈ ਅੱਜਕੱਲ ਇਹ ਵੀ ਕੁਐਸਚਨ ਬਹੁਤ ਵਾਰੀ ਆਉਂਦਾ ਵੀ ਸੈਕਿੰਡ ਪਰਸਨ ਕੌਣ ਹੈਗਾ ਜਿਸ ਨੇ ਮੂਨ ਦੇ ਉੱਤੇ ਚੰਦਰਮਾ ਦੇ ਉੱਤੇ ਕਦਮ ਧਰਿਆ ਸੀਗਾ ਤਾਂ ਉਹ ਸੀਗਾ ਆਪਣਾ ਐਲਡਰਿੰ ਬਜ਼ ਜਬ ਬਜ਼ ਐਲਡਰਿੰਗ ਤਬ ਬਜ਼ ਐਲਡਰਨ ਸੈਕੰਡ ਪਰਸਨ ਸੀਗਾ ਜਿਸਨੇ ਮਤਲਬ ਮੂਨ ਦੇ ਉੱਤੇ ਪੈਰ ਧਰਿਆ ਸੀਗਾ ਤੇ ਡੈਵਿਡ ਰੈਂਡੋਲਫੇ ਕੁਐਸਚਨ ਤਾਂ ਆ ਗਿਆ ਹੋਵੇਗਾ ਮਤਲਬ ਉਸ ਸਮੇਂ ਕੋਈ ਨਿਊਜ਼ ਦੇ ਵਿੱਚ ਗੱਲਬਾਤ ਚੱਲ ਰਹੀ ਹੋਵੇਗੀ ਡੈਵਿਡ ਰੈਂਡੋਲਫ ਦੀ ਤੇ ਐਗਜ਼ਾਮੀਨਰ ਨੇ ਐਗਜ਼ਾਮ ਚ ਕੁਐਸਚਨ ਪਾਤਾ ਹੋਵੇਗਾ ਠੀਕ ਹੈ ਨਾ ਹਾਂਜੀ ਨੈਕਸਟ ਕੁਐਸਚਨ ਹੈਗਾ ਗੁਜਰਾਤ ਇਜ਼ ਅ ਸਟੇਟ ਇਨ ਵੈਸਟਰਨ ਇੰਡੀਆ ਹੈਵਿੰਗ ਐਨ ਏਰੀਆ ਆਫ ਤਾਂ ਗੁਜਰਾਤ ਨੂੰ ਪਤਾ ਹੈ ਸਟੇਟ ਹੈਗੀ ਆਪਣੇ ਇੰਡੀਆ ਦੀ ਇੱਕ ਤਾ ਇਸ ਏਰੀਆ ਕਿੰਨਾ ਜਿਵੇਂ ਆਪਣੇ ਪੰਜਾਬ ਦਾ ਏਰੀਆ ਜਿਹੜਾ ਹੈਗਾ ਉਹ ਆਪਣਾ 50000 ਸਮਥਿੰਗ ਹੈ ਨਾ 50000 50362 ਕਿਲੋਮੀਟਰ ਹੈਗਾ ਆਪਣੇ ਪੰਜਾਬ ਦਾ ਏਰੀਆ ਤਾਂ ਜੇ ਕੋਈ ਤੁਹਾਨੂੰ ਗੁਜਰਾਤ ਦਾ ਪੁੱਛੇ ਤਾਂ ਗੁਜਰਾਤ ਦਾ ਜਿਹੜਾ ਏਰੀਆ ਹੈਗਾ 19677 ਕਿਲੋਮੀਟਰ ਸਕੇਅਰ ਦਾ 19677 ਕਿਲੋਮੀਟਰ ਸਕਰ ਹੈਗਾ ਓਕੇ ਤਾਂ ਇਸ ਦਾ ਸਹੀ ਆਪਸ਼ਨ ਹੈਗਾ ਬੀ ਬਟ ਨਾ ਜਦੋਂ ਮੈਂ ਗੂਗਲ ਤੇ ਚੈੱਕ ਕੀਤਾ ਗੂਗਲ ਦੇ ਮੋਸਟ ਆਫ ਸਾਈਟਾਂ ਦਿਖਾ ਰਹੀਆਂ ਨੇ 196024 ਕਿਲੋਮੀਟਰ ਸਕਰ ਓਕੇ ਤਾਂ ਮਤਲਬ ਆਪਸ਼ਨ ਦਾ ਬੋ ਆਏਗਾ ਕਿਉਂਕਿ 196000 ਵਾਲੇ ਕੋਪਸ਼ਨ ਹੈ ਚਲੋ ਹੋ ਸਕਦਾ ਗਲਤੀ ਹੋ ਗਈ ਹੋਗੀ ਐਗਜ਼ਾਮੀਨਰ ਤੋਂ 77 ਦੇ ਮਤਲਬ ਅੱਜ 24 ਹੀ ਆਏਗਾ ਤਾਂ 196024 ਕਿਲੋਮੀਟਰ ਦਾ ਏਰੀਆ ਹੈਗਾ ਆਪਣੇ ਗੁਜਰਾਤ ਲਵੇ ਹਾਂਜੀ ਨੈਕਸਟ ਕੁਐਸਚਨ ਹੈਗਾ ਇੰਡੀਆਨਾ ਇੰਡੀਅਨ ਨਹੀਂ ਹੈਗਾ ਇਹ ਇੰਡੀਆਨਾ ਸਪੈਲਿੰਗ ਗਾ ਨਾ ਉਰੇ ਏ ਪੈਣੀ ਆ ਲਾਸਟ ਵਿੱਚ ਮਤਲਬ ਇੰਡੀਆਨਾ ਆਹ ਵਾਲੇ ਸਪੈਲਿੰਗ ਆਨੇ ਨੇ ਇੰਡੀਆਨਾ ਹਾਂਜੀ ਠੀਕ ਹੈ ਇੰਡੀਆਨਾ ਇਜ਼ ਲੋਕੇਟਿਡ ਇਨ ਦੀ ਤਾਂ ਇੰਡੀਆਨਾ ਨਾ ਦੀ ਇੱਕ ਜਗ੍ਹਾ ਹੈਗੀ ਐ ਬੇਸਿਕਲੀ ਤਾਂ ਉਹ ਕਿੱਥੇ ਹੈ ਗਿਆ ਮਿਡ ਵੈਸਟਰਨ ਯੂਨਾਈਟਿਡ ਸਟੇਟਸ ਦੇ ਵਿੱਚ ਤਾਂ ਇਹ ਆਪਸ਼ਨ ਬਿਲਕੁਲ ਰਾਈਟ ਆਨਸਰ ਹੈਗਾ ਇੰਡੀਆਨਾ ਮਿਡ ਵੈਸਟਰਨ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਹੈ ਓਕੇ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਹਾਂਜੀ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰੇ ਆਪਣੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਨੇ ਤਾਂ ਸਟੂਡੈਂਟਸ ਉਹਦੀ ਬਹੁਤ ਹੈਲਪ ਹੋਏਗੀ ਤਾਂ ਪਲੀਜ਼ ਇਹਨਾਂ ਦੇ ਅਲੱਗ ਨੋਟਸ ਬਣਾ ਲਿਆ ਕਰੋ ਤੇ ਜਿਆਦਾ ਤੋਂ ਜਿਆਦਾ ਇਹਨਾਂ ਦੀ ਰਿਵੀਜ਼ਨ ਕਰਨੀ ਜਰੂਰ ਸਟਾਰਟ ਕਰੋ ਡੇਲੀ ਦੇ 100-100 ਕੁਐਸਚਨ ਜਿਵੇਂ ਜਿਵੇਂ ਦੇਖੋ ਆਪਣੇ ਅੱਜ 33 ਸੈੱਟ ਚੱਲ ਰਿਹਾ ਹੈ ਡੇਲੀ 25 25 ਕੁਐਸਚਨ ਹੁੰਦੇ ਨੇ ਇੱਕ ਸੈੱਟ ਦੇ ਵਿੱਚ ਤਾਂ ਨੀਅਰ ਅਬਾਊਟ 800 ਕੁਐਸਚਨ ਹੋ ਚੁੱਕੇ ਆ ਤਾਂ ਤੁਹਾਨੂੰ ਬਹੁਤ ਹੈਲਪ ਕਰੂਗਾ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਤਾਂ ਪੁਸ਼ਕਰ ਸਰੋਵਰ ਹੈ ਜਿਹੜਾ ਇਹ ਕਿਹੜੇ ਟਾਊਨ ਦੇ ਵਿੱਚ ਲੋਕੇਟ ਕਰਦਾ ਹੈ ਤਾਂ ਜਿਹੜਾ ਬਹੁਤ ਹੀ ਫੇਮਸ ਆਪਣਾ ਪੁਸ਼ਕਰ ਲੇਕ ਹੈਗੀ ਇੱਕ ਤਰ੍ਹਾਂ ਦੀ ਲੇਕ ਹੀ ਹੁੰਦੀ ਹੈ ਪੁਸ਼ਕਰ ਲੇਕ ਇਹ ਰਾਜਸਥਾਨ ਦੇ ਵਿੱਚ ਹੈ ਇਹ ਰਾਜਸਥਾਨ ਦੇ ਵਿੱਚ ਹੈ ਪੁਸ਼ਕਰ ਲੇਕ ਤਾਂ ਇਸ ਦਾ ਬਿਲਕੁਲ ਰਾਈਟ ਆਨਸਰ ਹੈਗਾ ਏ অপਸ਼ਨ ਹਾਂਜੀ ਨੈਕਸਟ ਕੁਐਸਚਨ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ ਵਾਸ ਫਾਊਂਡਡਡ ਇਨ ਵਿਚ ਈਅਰ ਤਾਂ ਬਹੁਤ ਹੀ ਫੇਮਸ ਜਿਹੜੀ ਆਪਣੀ ਆਈ ਐਨ ਸੀ ਹੈਗੀ ਹੈ ਇਸ ਨੂੰ ਕਿਹੜੇ ਇਅਰ ਦੇ ਵਿੱਚ ਫਾਊਂਡ ਕੀਤਾ ਗਿਆ ਸੀਗਾ ਤਾਂ ਪਲੀਜ਼ ਮੈਨੂੰ ਇੱਕ ਵਾਰ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਇਹ ਵੀ ਦੱਸਣਾ ਵੀ ਆਈਐਨਸੀ ਨੂੰ ਕਿਸ ਪਰਸਨ ਨੇ ਫਾਊਂਡ ਕੀਤਾ ਸੀਗਾ ਹਾਂਜੀ ਓਕੇ ਤੇ ਕਿਹੜੇ ਇਅਰ ਚ ਫਾਊਂਡ ਕੀਤਾ ਹੈਗਾ 1885 ਦੇ ਵਿੱਚ ਫਾਊਂਡ ਕੀਤਾ ਹੈਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਬੀ ਆਪਸ਼ਨ 1885 ਦੇ ਵਿੱਚ ਤੇ ਇਸ ਨੂੰ ਕਿਸ ਨੇ ਫਾਊਂਡ ਕੀਤਾ ਹੈਗਾ ਡੀਅਰ ਕਿਹੜੇ ਬੰਦੇ ਨੇ ਫਾਊਂਡ ਕੀਤਾ ਸੀਗਾ ਉਸ ਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ 16th ਕੁਐਸਚਨ ਹਾਂਜੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਐਂਡੀਐਮਏ ਵਾਸ ਕਨਸਟੀਟਿਊਟਡ ਉਹ ਬਹੁਤ ਫੇਮਸ ਕੁਐਸਚਨ ਹੈ ਕਿਉਂਕਿ ਨਾ ਅੱਜ ਵੀ ਜਿਹੜਾ ਆਪਾਂ ਕਹਿੰਨਾ ਕੋਵਿਡ 19 ਹੈ ਜਿਹੜਾ ਆਪਣਾ ਇਹ ਜਿਹੜਾ ਕੋਵਿਡ 19 ਹੈ ਇੱਕ ਡਿਜਾਸਟਰ ਹੈ ਠੀਕ ਹੈ ਨਾ ਤਾਂ ਮੈਂ बार-बार ਨਿਊਜ਼ ਸੁਣਦਾ ਹੁੰਦਾ ਹੁਣਾ ਵੀ ਜਿਹੜਾ ਕੋਵਿਡ 19 ਹੈ ਇਹ ਐਂਡੀਐਮਏ ਦੇ ਅੰਡਰ ਆ ਰਿਹਾ ਹੈ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਅੰਡਰ ਆ ਰਿਹਾ ਹੈ ਤਾਂ ਹੋਪ ਕਰਦਾ ਇਹ ਵੀ ਕੁਸ਼ਣ ਤੁਹਾਨੂੰ ਇਗਜ਼ਾਮ ਚ ਆਊਗਾ ਵੀ ਐਂਡੀਐਮਏ ਜਿਹੜਾ ਕਦੋਂ ਕਨਸਟੀਟਿਊਟ ਕੀਤਾ ਗਿਆ ਸੀਗਾ ਤਾਂ ਐਂਡੀਐਮਏ 2006 ਦੇ ਵਿੱਚ ਕਨਸਟੀਟਿਊਟ ਕੀਤਾ ਗਿਆ ਸੀਗਾ 27 ਸਤੰਬਰ ਨੂੰ 27 ਸਤੰਬਰ 2006 ਨੂੰ ਕਨਸਟੀਟਿਊਟ ਕੀਤਾ ਗਿਆ ਸੀਗਾ ਐਂਡੀਐਮਏ ਨੈਸ਼ਨਲ ਡਾਇਜਾਸਟਰ ਮੈਨੇਜਮੈਂਟ ਅਥਾਰਟੀ ਤੇ ਜਿਸ ਦਾ ਮਤਲਬ ਜਿਹੜਾ ਚੇਅਰ ਪਰਸਨ ਹੁੰਦਾ ਉਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਏਗਾ ਜਿਹੜਾ ਵੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੁੰਦਾ ਉਹ ਚੇਅਰ ਪਰਸਨ ਹੁੰਦਾ ਐਂਡੀਐਮਏ ਦਾ ਮਤਲਬ ਐਟ ਪ੍ਰੈਜ਼ੈਂਟ ਆਪਣਾ ਜੇਰਾ ਆਪਣਾ ਪੀਐਮ ਹੈਗੇ ਨੇ ਨਰਿੰਦਰ ਮੋਦੀ ਜੀ ਉਹ ਆਪਣੇ ਕੀ ਨੇ ਐਂਡੀਐਮਾ ਦੇ ਕੀ ਨੇ ਚੇਅਰਪਰਸਨ ਨੇ ਠੀਕ ਹੈ ਨਾ ਹਾਂਜੀ ਨੈਕਸਟ ਕੁਐਸਚਨ ਹੈਗਾ ਆਪਣਾ ਤੇ ਐਕਟ ਸੀਗਾ 2005 ਦਾ ਡਿਜਾਸਟਰ ਮੈਨੇਜਮੈਂਟ ਐਕਟ 2005 ਦਾ ਸੀਗਾ ਬੇਸਿਕਲੀ ਹਾਂਜੀ ਨੈਕਸਟ ਹੈਗਾ ਆਪਣਾ ਰਾਈਟ ਟੂ ਇਨਫੋਰਮੇਸ਼ਨ ਐਕਟ ਆਰਟੀਆ ਜਿਹਨੂੰ ਆਪਾਂ ਕਹਿੰਦੇ ਆ ਵਾਸ ਪਾਸਡ ਬਾਈ ਪਾਰਲੀਮੈਂਟ ਆਫ ਇੰਡੀਆ ਓਨ ਵਿਚ ਡੇਟ ਤਾਂ ਮਤਲਬ ਉਹਨੇ ਪੁੱਛ ਲਿਆ ਵੀ ਆਰਟੀਆਈ ਜਿਹੜਾ ਐਕਟ ਬਣਿਆ ਸੀਗਾ 2005 ਦੇ ਵਿੱਚ ਉਹ ਕਿਹੜੀ ਡੇਟ ਨੂੰ ਪਾਰਲੀਮੈਂਟ ਨੇ ਪਾਸ ਕੀਤਾ ਸੀਗਾ ਪਾਰਲੀਮੈਂਟ ਨੇ ਕਿਹੜੀ ਡੇਟ ਨੂੰ ਪਾਸ ਕੀਤਾ ਹੈਗਾ ਤਾਂ ਉਹ ਡੇਟ ਐਗਜ਼ੈਕਟ ਪੁੱਛ ਰਿਹਾ ਤਾਂ ਪਾਰਲੀਮੈਂਟ ਨੇ 2005 ਦੇ ਵਿੱਚ ਪਾਸ ਕੀਤਾ ਸੀਗਾ 15 ਜੂਨ 2005 ਨੂੰ ਤਾਂ ਕਈ ਵਾਰ ਡੇਟ ਵੀ ਉਹ ਜਿਵੇਂ 10 ਜੂਨ ਲਿਖ ਦੇਵੇ 15 ਜੂਨ 20 ਜੂਨ ਦਾ ਸਟੂਡੈਂਟ ਹੋਰ ਵੀ ਕੰਫਿਊਜ਼ ਹੋ ਜਾਣਗੇ ਠੀਕ ਹੈ ਨਾ ਤਾਂ ਯਾਦ ਰੱਖੋ 15 ਜੂਨ 2005 ਨੂੰ ਆਰਟੀ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ ਉਸ ਨੂੰ ਐਡ ਕੀਤਾ ਗਿਆ ਸੀਗਾ ਨੈਕਸਟ ਕੁਐਸਚਨ ਹੈਗਾ ਹਾਂਜੀ ਪੋਲੀਓ ਵੈਕਸੀਨ ਵਾਸ ਡਿਸਕਵਰਡ ਬਾਈ ਪਹਿਲੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਨਾ ਪੋਲੀਓ ਹੈਗਾ ਇੱਕ ਡਿਜ਼ੀਜ਼ ਹੈ ਪੋਲੀਓ ਕਿ ਇੱਕ ਡਿਜ਼ੀਜ਼ ਹੈਗਾ ਕਿਹੜਾ ਡਿਜ਼ੀਜ਼ ਹੈ ਇਹ ਇੱਕ ਵਾਇਰਸ ਡਿਜ਼ੀਜ਼ ਹੈ ਜੇਕਰ ਤੁਹਾਨੂੰ ਕਹਵੇ ਪੋਲੀਓ ਕੀ ਹੈਗਾ ਇੱਕ ਵਾਇਰਸ ਡਿਜ਼ੀਜ਼ ਹੈ ਇਹ ਇੱਕ ਠੀਕ ਹੈ ਨਾ ਤਾਂ ਇੱਕ ਵਾਇਰਸ ਡਿਜ਼ੀਜ਼ ਹੈ ਤਾਂ ਪੋਲੀਓ ਦੀ ਇੱਕ ਵੈਕਸੀਨ ਬਣਾਈ ਸੀ ਸਭ ਤੋਂ ਪਹਿਲਾਂ ਤਾਂ ਉਸ ਪਰਸਨ ਦਾ ਨਾਮ ਹੈਗਾ ਜੌਨਸ ਸਾਕ ਤੇ ਜਿਹੜਾ ਜੌਨਸ ਸਾਕ ਨਾਂ ਦਾ ਪਰਸਨ ਹੈ ਇਸਨੇ ਕੀ ਬਣਾਈ ਸੀਗੀ ਪੋਲੀਓ ਦੀ ਵੈਕਸੀਨ ਤਿਆਰ ਕੀਤੀ ਸੀਗੀ ਠੀਕ ਹੈ ਨਾ ਹਾਂਜੀ ਨੈਕਸਟ ਕੁਐਸਚਨ ਬੰਦਾ ਆਪਣਾ ਹਾਂਜੀ ਦੀ ਕੈਪੀਟਲ ਆਫ ਸਲਵੇਨੀਆ ਇਜ਼ ਤਾਂ ਸਲਵੇਨੀਆ ਦੀ ਕੈਪੀਟਲ ਕਿਹੜੀ ਹੈਗੀ ਹੈ ਕਿਉਂ ਨਾ ਇਹ ਜੇ ਇਹ ਯੂਰੋਪੀਅਨ ਕੰਟਰੀਜ਼ ਹੁੰਦੀਆਂ ਨੇ ਤਾਂ ਇਹਨਾਂ ਦੇ ਨਾਮ ਬੜੇ ਡਿਫਰੈਂਟ ਜੇ ਹੁੰਦੇ ਨੇ ਤਾਂ ਜਿਵੇਂ ਜਿਵੇਂ ਆਪਾਂ ਨੋਟਸ ਬਣਾਵਾਂਗੇ ਤਾਂ ਹੋਪ ਕਰਦਾ ਕਾਫੀ ਕੰਟਰੀਜ਼ ਦੇ ਤੁਹਾਨੂੰ ਕੈਪੀਟਲਸ ਆ ਜਾਣਗੇ ਤਾਂ ਕੈਪੀਟਲ ਆਫ ਸਲੋਵੇਨੀਆ ਹੈਗੀ ਹੈ ਲਜੂਬ ਲਜੂਬਜਾਨਾ ਲਜੂਬਜਾਨਾ ਇਹ ਸਲੋਵੇਨੀਆ ਦੀ ਕੀ ਹੈ ਕੈਪੀਟਲ ਹੈਗੀ ਤਾਂ ਇਸ ਦਾ ਸਹੀ ਆਪਸ਼ਨ ਹੈਗਾ ਏ ਆਪਸ਼ਨ ਨੈਕਸਟ ਕੁਐਸਚਨ ਆਏਗਾ ਯੂਰੋਪਾ ਇਜ਼ ਦੀ ਨੇਮ ਆਫ ਅ ਵਨ ਆਫ ਦੀ ਮੂਨਸ ਇਸ ਤਾਂ ਇਹ ਕਹਿੰਦਾ ਜੇ ਯੂਰੋਪਾ ਇੱਕ ਸੈਟਲਾਈਟ ਹੈ ਨੈਚੁਰਲ ਸੈਟਲਾਈਟ ਹੈ ਇਕ ਕਿਸ ਪਲੈਨੇਟ ਦਾ ਨੇਚੁਰਲ ਸੈਟੇਲਾਈਟ ਹੈ ਯੂਰੋਪਾ ਤਾਂ ਯੂਰੋਪਾ ਇੱਕ ਨੇਚੁਰਲ ਸੈਟੇਲਾਈਟ ਹੈਗਾ ਜੂਪੀਟਰ ਦਾ ਯੂਰੋਪਾ ਇੱਕ ਨੇਚੁਰਲ ਸੈਟੇਲਾਈਟ ਹੈਗਾ ਜੂਪੀਟਰ ਦਾ ਤਾਂ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈਗਾ ਤਾਂ ਜੇ ਆਪਾਂ ਗੱਲ ਕਰੀਏ ਜਿਹੜੇ ਆਪਣੇ 8 ਪਲੈਨੇਟਸ ਨੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸੈਟੇਲਾਈਟਸ ਨੇ ਉਹ ਜੂਪੀਟਰ ਦੇ ਨੇ ਜੂਪੀਟਰ ਦੇ ਪਾਸ 70 ਪਲੱਸ ਸੈਟੇਲਾਈਟਸ ਨੇ ਇਕੱਲੇ ਜੂਪੀਟਰ ਦੇ ਆਪਣੀ ਅਰਥ ਦੇ ਕੋਲ ਇੱਕ ਓਨਲੀ ਸਿੰਗਲ ਹੀ ਸੈਟਲਾਈਟ ਆਏਗਾ ਜਿਸ ਨੂੰ ਆਪਾਂ ਕੀ ਬੋਲਦੇ ਆ ਮੂਨ ਬੋਲਦੇ ਆ ਚੰਦਰਮਾ ਚੰਦਰਮਾ ਆਪਣੀ ਧਰਤੀ ਦਾ ਕੀ ਹੈ ਸੈਟਲਾਈਟ ਹੈ ਉਪਗ੍ਰਹ ਹੈ ਆਪਣੀ ਚੰਦਰਮਾ ਧਰਤੀ ਦਾ ਹਾਂਜੀ ਨੈਕਸਟ ਕੁਐਸਚਨ ਹੈਗਾ 21ਵਾਂ ਕੁਐਸਚਨ ਹਾਂਜੀ ਦੀ ਪ੍ਰੋਵੀਜ਼ਨ ਆਫ 1 অর ਮੋਰ ਆਲ ਇੰਡੀਆ ਸਰਵਿਸਿਜ਼ ਕਾਮਨ ਟੂ ਯੂਨੀਅਨ ਐਂਡ ਸਟੇਟਸ ਵਾਸ ਮੇਡ ਇਨ ਤਾਂ ਉਹ ਕਿਹੜੀ ਪ੍ਰੋਵੀਜ਼ਨ ਹੈ ਜਿਸ ਦੇ ਵਿੱਚ ਆਪਾਂ ਕਹਿ ਦੇਣਾ ਹਰ ਇੱਕ ਸਟੇਟ ਦੀ ਤੇ ਇੱਕ ਜਾਂ ਦੋ ਸਟੇਟਾਂ ਦੀ ਜੁਆਇਨ ਇੱਕ ਪਬਲਿਕ ਪਬਲਿਕ ਮਤਲਬ ਸਰਵਿਸਿਜ਼ ਵਾਲੀ ਇੱਕ ਕਮਿਸ਼ਨ ਹੋਣਾ ਚਾਹੀਦਾ ਹੈ ਠੀਕ ਹੈ ਨਾ ਤਾਂ ਉਹ ਹੈਗਾ ਆਰਟੀਕਲ ਨੰਬਰ 312 ਦੇ ਵਿੱਚ ਐਕਸਪਲੇਨ ਕੀਤਾ ਹੋਇਆ ਤਾਂ ਆਰਟੀਕਲ ਨੰਬਰ 312 ਜਿਹੜਾ ਹੈਗਾ ਉਹ ਕਹਿੰਦਾ ਵੀ ਇੱਕ ਜਾਂ ਮੋਰ ਸਟੇਟਸ 올 ਇੰਡੀਆ ਸਰਵਿਸਿਜ਼ ਕਾਮਨ ਟੈਸਟ ਬਣਾ ਸਕਦੇ ਨੇ ਸੈਂਟਰ ਦਾ ਤੇ ਸਟੇਟਾਂ ਦਾ ਤਾਂ ਇਹ ਆਰਟੀਕਲ ਨੰਬਰ 312 ਦੀ ਗੱਲਬਾਤ ਹੈ ਹਾਂਜੀ ਨੈਕਸਟ ਕੁਐਸਚਨ ਹੈਗਾ ਨੈਸ਼ਨਲ ਸਟੈਟਿਸਟਿਕਸ ਡੇ ਇਜ਼ ਅਬਜ਼ਰਵਡ ਇਨ ਦੀ ਮੈਮਰੀ ਆਫ ਤਾਂ ਬਹੁਤ ਹੀ ਫੇਮਸ ਜਿਹੜਾ ਆਪਣਾ ਨੈਸ਼ਨਲ ਸਟੈਟਿਸ ਡੇ ਹੈਗਾ ਇਹ ਆਪਾਂ ਹਰ ਸਾਲ ਦੋ ਆਪਣਾ 29 ਨਵੰਬਰ ਨੂੰ ਆਪਾਂ ਸੈਲੀਬ੍ਰੇਟ 29 ਜੂਨ ਨੂੰ ਸੈਲੀਬ੍ਰੇਟ ਕਰਦੇ ਹਾਂ 29 ਜੂਨ ਨੂੰ ਸੈਲੀਬ੍ਰੇਟ ਕਰਦੇ ਹੁੰਦੇ ਆ ਆਪਣਾ ਨੈਸ਼ਨਲ ਸਟੈਟਿਸ ਡੇ ਇੰਡੀਆ ਦੇ ਵਿੱਚ ਜਿਹੜਾ ਸਟੈਟਿਸ ਦਾ ਫਾਦਰ ਹੈਗਾ ਉਹ ਪੀ ਸੀ ਮਹਲਨ ਲਨਵਿਸ ਤਾਂ ਪੀ ਸੀ ਮਹਲਨਵਿਸ ਤਾਂ ਇਹ ਫਾਦਰ ਹੈਗਾ ਇੰਡੀਆ ਦਾ ਨੈਸ਼ਨਲ ਦੈਟਸ ਵਾਈ ਨੈਸ਼ਨਲ ਸਟੈਟਿਸ ਡੇ ਆਪਾਂ ਹਰ ਸਾਲ 29 ਜੂਨ ਨੂੰ ਸੈਲੀਬ੍ਰੇਟ ਕਰਦੇ ਹਾਂ ਨੈਕਸਟ ਕੁਐਸਚਨ ਹੈਗਾ ਕਿੰਬਰਲੇ ਸਿਟੀ ਇਜ਼ ਫੇਮਸ ਫੋਰ ਇਟਸ ਬਹੁਤ ਹੀ ਫੇਮਸ ਸਾਊਥ ਅਫਰੀਕਾ ਜਿਹੜੀ ਕੰਟਰੀ ਹੈ ਨਾ ਸਾਊਥ ਅਫਰੀਕਾ ਉਸ ਦੇ ਵਿੱਚ ਇੱਕ ਇੱਕ ਸ਼ਹਿਰ ਹੈਗਾ ਕਿੰਬਰਲੇ ਤਾਂ ਕਿੰਬਰਲੇ ਮਾਈਨਸ ਨੇ ਜਿਹੜੀਆਂ ਉਹ ਸਪੈਸ਼ਲੀ ਡਾਇਮੰਡ ਲਈ ਫੇਮਸ ਨੇ ਕਿੰਬਰਲੇ ਮਾਈਨਸ ਕਿਦੇ ਲਈ ਫੇਮਸ ਨੇ ਡਾਇਮੰਡ ਲਈ ਫੇਮਸ ਨੇ ਤਾਂ ਇਹ ਹੈ ਕਿ ਇਹ ਡਾਇਮੰਡ ਮਾਈਨਸ ਨੇ ਵਰਲਡ ਲੈਵਲ ਤੇ ਫੇਮਸ ਨੇ ਕਿੰਬਰਲੇ ਮਾਈਨਸ ਤਾਂ ਇਸ ਦਾ ਬਿਲਕੁਲ ਸਹੀ ਆਪਸ਼ਨ ਹੈਗਾ ਸੀ ਆਪਸ਼ਨ ਡਾਇਮੰਡ ਮਾਈਨਿੰਗ ਲਈ ਇਹ ਫੇਮਸ ਨੇ ਨੈਕਸਟ ਕੁਐਸਚਨ ਹੈਗਾ ਦਿ ਲੋਂਗੇਸਟ ਮਸਲ ਇਨ ਹਿਊਮਨ ਬਾਡੀ ਤਾਂ ਆਪਣੀ ਹਿਊਮਨ ਬਾਡੀ ਦੇ ਵਿੱਚ ਨੀਅਰ ਅਬਾਊਟ ਜੇ ਆਪਾਂ ਗੱਲ ਕਰੀਏ 640 ਮਸਲਸ ਨੇ ਦੇਖੋ ਨਾ ਇਹ ਕੁਐਸਚਨ ਨਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਨਾ ਨੰਬਰ ਆਫ ਬੋਨਸ ਤਾਂ ਆਪਾਂ ਨੂੰ ਹੱਡੀਆਂ ਦਾ ਪਤਾ ਹੁੰਦਿਆਂ ਨਹੀਂ ਵੀ 206 ਹੱਡੀਆਂ ਨੇ ਬਟ ਨੰਬਰ ਆਫ ਮਸਲਸ ਕਿੰਨੇ ਆ ਨੇ ਆਪਣੀ ਬਾਡੀ ਦੇ ਵਿੱਚ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ 640 ਆਪਣੇ ਨੰਬਰ ਆਫ ਬੋਨ ਆਪਣੇ ਨੰਬਰ ਆਫ ਮਸਲਸ ਨੇ ਤਾਂ ਇਹਨਾਂ ਜੇ ਕੋਈ ਕਹਵੇ ਲੋਂਗੇਸਟ ਮਸਲ ਕਿਹੜੀ ਹੈ ਆਪਣੀ ਬਾਡੀ ਦੇ ਵਿੱਚ ਦੈਟ ਇਜ਼ ਦਾ ਸਾਰਟੋਰੀਅਸ ਮਸਲ ਤਾਂ ਸਾਰਟੋਰੀਅਸ ਮਸਲ ਹੈ ਇਹ ਸਭ ਤੋਂ ਲੋਂਗੇਸਟ ਮਸਲ ਹੈ ਆਪਣੀ ਬਾਡੀ ਦੇ ਵਿੱਚ ਤਾਂ ਇਸ ਦਾ ਸਹੀ ਆਪਸ਼ਨ ਹੈਗਾ ਏ ਆਪਸ਼ਨ ਹਾਂਜੀ ਤਾਂ ਇਹਦਾ ਲਾਸਟ ਕੁਐਸਚਨ ਹੈਗਾ ਦੀ ਮਿਨੀਮਮ ਮੈਂਬਰ ਆਫ ਕੰਸਲਟੇਟਿਵ ਕਮੇਟੀ ਆਫ ਮੈਂਬਰਸ ਆਫ ਪਾਰਲੀਮੈਂਟ ਆਫ ਇੰਡੀਆ ਇਸ ਤਾਂ ਪਾਰਲੀਮੈਂਟ ਆਫ ਇੰਡੀਆ ਦੀ ਨਾ ਇੱਕ ਕੰਸਲਟੇਟਿਵ ਕਮੇਟੀ ਬਣਦੀ ਹੈ ਤਾਂ ਉਸ ਦੇ ਵਿੱਚ ਜਿਹੜੇ ਮੈਂਬਰਸ ਹੁੰਦੇ ਨੇ ਬੋਥ ਲੋਕ ਸਭਾ ਤੇ ਰਾਜ ਸਭਾ ਤੋਂ ਮਿਲਾ ਕੇ ਬਣਾਈ ਜਾਂਦੀ ਹੈ ਕਮੇਟੀ ਓਕੇ ਤਾਂ ਇਸ ਦੇ ਜਿਹੜੇ ਮਿਨੀਮਮ ਮੈਂਬਰ ਹੋ ਸਕਦੇ ਨੇ ਮਿਨੀਮਮ ਮੈਂਬਰ ਤਾਂ ਹੋ ਸਕਦੇ ਨੇ 10 ਤੇ ਜੇਕਰ ਤੁਹਾਨੂੰ ਕੋਈ ਮੈਕਸਿਮਮ ਪੁੱਛੇ ਮੈਕਸਿਮਮ ਮੈਂਬਰ ਹੋ ਸਕਦੇ ਨੇ 30 ओके ਤਾਂ ਇਹਨਾਂ ਨੇ ਮਿਨੀਮਮ ਪੁੱਛਿਆ ਮਿਨੀਮਮ ਕਿੰਨੇ ਹੋ ਸਕਦੇ ਨੇ 10 ਤਾਂ ਆਪਣਾ ਡੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈਗਾ ਤਾਂ ਇਸ ਦਾ ਬਿਲਕੁਲ ਕਰੈਕਟ ਆਨਸਰ ਹੈਗਾ ਡੀ ਆਪਸ਼ਨ ਤਾਂ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ ਤਾਂ ਪਲੀਜ਼ ਸਟੂਡੈਂਟਸ ਅੱਗੇ ਆਪਣੇ ਫਰੈਂਡਸ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਵਿਤਾਂ ਜੋ ਹਰ ਇੱਕ ਪੰਜਾਬ ਦਾ ਸਟੂਡੈਂਟ ਆਪਣੀ ਵੀਡੀਓਜ਼ ਨੂੰ ਦੇਖ ਸਕੇ ਤੇ ਉਹਨਾਂ ਨੂੰ ਕੁਝ ਬੈਨੀਫਿਟ ਮਿਲ ਸਕੇ ਥੈਂਕ ਯੂ एवरीवन फॉर वाचिंग ਮਾਈ ਵੀਡੀਓ